being the youngest member of the trust, I have been assigned to read out the memorandum jehda sadi sanstha valon to entire public plus press, most importantly governments, respective governments of India and Punjab, sade ਥੋੜੇ ਜਿਹੇ ਪੁਆਇੰਟਸ ਨੇ ਜਿਹੜੇ ਆਪ ਜੀ ਨੂੰ ਪਹਿਲਾਂ ਅਸੀਂ ਸ਼ੇਅਰ ਕਰ ਚੁੱਕੇ ਹਾਂ, ਉਹ ਥੋੜ੍ਹਾ ਵਿਸਤਾਰ ਦੱਸਣਾ ਚਾਹੂੰਗਾ। ਅੱਜ ਇੱਥੇ ਆਉਣ ਤੋਂ ਪਹਿਲਾਂ ਮੈਂ ਸੋਚ ਰਿਹਾ ਸੀ ਕਿ ਮੇਰੇ ਵਰਗਾ ਮੇਰੀ ਏਜ ਦਾ ਨੌਜਵਾਨ ਸਾਰਾ ਗੜੀ ਦੀ ਬੈਟ ਨਾਲ ਕਿਵੇਂ ਰਿਲੇਟ ਕਰ ਸਕਦਾ। ਮਨੁੱਖਤਾ ਤੇ ਦੁਨੀਆਂ ਦੇ ਇਤਿਹਾਸ ਵਿੱਚ ਹਜ਼ਾਰਾਂ ਧਰਮ ਹੋਏ ਨੇ, ਹਜ਼ਾਰਾਂ ਸੰਸਥਾਵਾਂ ਹੋਈਆਂ ਨੇ ਤੇ ਲੱਖਾਂ ਸ਼ਹੀਦਾਂ ਦੀ ਗਿਣਤੀ ਹੋਈ, ਪਰ ਜਿਹਨੂੰ ਆਪਾਂ ਡਿਫਰੈਂਟ ਟਾਈਮਲਾਈਨ ਕਹਿ ਸਕਦੇ ਹਾਂ, ਅੱਜ ਦੇ ਮਾਡਰਨ ਯੁੱਗ 'ਚ ਜਦੋਂ ਕਿ ਆਪਾਂ ਇੱਕ ਲਾਰਜ ਗਲੋਬਲ ਫੈਮਿਲੀ ਕੋਲ ਰਹਿ ਰਹੇ ਹਾਂ, ਅੱਜ ਦਾ ਇੱਕ ਮੇਰੇ ਵਰਗਾ ਨੌਜਵਾਨ ਇਹਨਾਂ ਨਾਲ ਕਿਵੇਂ ਰਿਲੇਟ ਕਰ ਸਕਦਾ। ਕੇਸਰੀ ਮੂਵੀ ਬਣੀ, ਪ੍ਰਚਾਰ ਵੀ ਪੂਰਾ ਜ਼ੋਰੋਂ ਸ਼ੋਰੋਂ ਨਾਲ ਹੈ, ਸੰਸਥਾ ਵੀ ਲੱਗੀ ਹੋਈ ਹੈ, ਸਾਰੇ ਇੰਟਲੈਕਚੁਅਲਸ ਆਪਦਾ ਪੁਆਇੰਟ ਦੱਸ ਰਹੇ ਹਨ, ਪਰ ਯੂਥ ਕਿਉਂ ਨਹੀਂ ਕੇਂਦਰ ਹੋ ਪਾ ਰਹੇ। ਦਾਸ ਨੂੰ ਵੀ ਮੌਕਾ ਮਿਲਿਆ ਯੂਥ ਦੀ ਪ੍ਰੋਗਰੈਸ ਅਪਲਿਫਟਮੈਂਟ ਤੇ ਅਵੇਅਰਨੈਸ ਦੇ ਵਿੱਚ ਡਿਫਰੈਂਟ ਆਰਗਨਾਈਜੇਸ਼ਨ ਕੰਮ ਕਰਨ ਦਾ, ਚਲੋ ਕਿਸੇ ਹੋਰ ਦਿਨ ਮੈਂ ਦੱਸੂਗਾ, ਵਕਤ ਘੱਟ ਹੈ। ਪਰ ਇਹ ਸਮਾਂ ਉਦੋਂ ਸ਼ੁਰੂ ਹੋਇਆ ਜੀ ਜ਼ਿਆਦਾਤਰ ਜਦੋਂ ਆਪਣਾ ਮੁਲਕ ਗੈਰ ਮੁਲਕ ਸੰਸਥਾਵਾਂ ਦੇ ਹੱਥ 'ਚ, ਡਿਕਟੇਟਰਸ਼ਿਪ ਦੇ ਹੱਥ 'ਚ ਰਿਹਾ ਜ਼ਿਆਦਾਤਰ, ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਆਪਾਂ ਬਾਣੀ 'ਚ ਵੀ ਦਰਜ ਹੈ ਕਿ ਕੱਲ੍ਹ ਤਾਰਨ ਗੁਰੂ ਨਾਨਕ ਆਇਆ ਮਿਟਿਆ ਅੰਧੇਰਾ ਚੰਨ ਚੜ੍ਹਿਆ, ਉਹ ਅੰਧੇਰਾ ਕੀ ਹੈ, ਉਹ ਕੱਲ੍ਹ ਕੀ ਹੈ, ਕਿਉਂਕਿ ਬਾਣੀ ਗੁਰਬਾਣੀ ਸਿਰਫ ਤੁਹਾਨੂੰ ਸਪਿਰਿਚੁਅਲੀ ਤੁਹਾਡੀ ਆਤਮਾ ਨੂੰ ਨਹੀਂ ਜੋੜਦੀ, ਪ੍ਰੈਕਟੀਕੈਲਿਟੀ ਵੀ ਉਸਦੀ ਹੈ ਜੋ ਤੁਹਾਨੂੰ ਪ੍ਰੈਕਟੀਕਲ ਰੋਜ਼ਮਰੇ ਦੀ ਜ਼ਿੰਦਗੀ ਦੇ ਵਿੱਚ ਜਾਣ ਦੀ ਡੈਪਥ ਆਪਾਂ ਨੂੰ ਸਮਝਾਉਂਦੀ। ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਲੋਕ ਇੱਕ ਮੈਂ ਥੋੜ੍ਹਾ ਸ਼ੇਅਰ ਕਰਨਾ ਚਾਹੂੰਗਾ, ਅੰਗ 1412 ਵਿੱਚ ਦਰਜ ਹੈ, 12 ਸਲੋਕਾਂ ਨਾਲ, 12 ਕੇ ਵਧੀਕ ਮਹਿਲਾ ਪਹਿਲਾ, ਜੋ ਤੋਂ ਪ੍ਰੇਮ ਖਿਲਣ ਕਾ ਚਾਹੋ ਸਿਰ ਧਰ ਤਰੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਸਲੋਕ ਪੜ੍ਹਦਿਆਂ ਸਾਰੀ ਮੇਰੇ ਮਨ 'ਚ ਆਉਂਦਾ ਕਿ ਸਾਰਾ ਗੜੀ ਦੇ ਸ਼ਹੀਦ ਜਦੋਂ ਚਾਰੋਂ ਪਾਸੋਂ ਘੇਰਾ ਪੈ ਗਿਆ, ਉਹ ਸਿਟੀਜ਼ਨਸ ਆਫ ਇੰਡੀਆ ਅੰਡਰ ਦ ਬ੍ਰਿਟਿਸ਼ ਰੂਲ ਜਾਂ ਸਿੱਖ ਰੈਜੀਮੈਂਟ ਜਾਂ ਕੋਈ ਹੋਰ ਸਿਪਾਹੀ ਸੰਸਥਾ ਦੇ ਵਾਂਗੂ ਨਹੀਂ, ਬਲਕਿ ਅਕਾਲ ਪੁਰਖ ਦੀ ਫੌਜ ਵਾਂਗੂ ਉਹਨਾਂ ਨੇ ਆਪਣੇ ਸਿਰ ਤੇ ਸ਼ਹੀਦੀ ਦਾ ਕਫਨ ਪਾ ਕੇ ਉਹਨਾਂ ਦਾ ਮੁਕਾਬਲਾ ਕੀਤਾ। ਇਹ ਜਜ਼ਬਾ ਉਹਨਾਂ ਨੂੰ ਕਿੱਥੋਂ ਮਿਲਿਆ, ਆਪਾਂ ਨੂੰ ਇਸ ਦੇ ਉੱਤੇ ਡੈਪਥ ਜਾਣ ਦੀ ਲੋੜ ਹੈ। ਅੱਜ ਆਪਣੇ 'ਚ ਹਾਜ਼ਰ ਨਾਜ਼ਰ ਨੇ ਗੁਰੂ ਨਾਨਕ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ। ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਕਿ ਪੱਛਮੀ ਸੱਭਿਅਤਾ ਦਾ ਬਹੁਤ ਆਪਣੇ ਦੇ ਪ੍ਰਭਾਵ ਪੈ ਰਿਹਾ ਹੈ, ਮੇਰੇ ਵਰਗਾ ਯੂਥ
ਜਾਂ ਮੇਰੇ ਤੋਂ ਪੁਰਾਣਾ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਜਾਂ ਜਿਹੜੀ ਮੇਰੇ ਤੋਂ 5-10 ਸਾਲ ਵੱਡੇ ਨੇ ਜਿਹੜੇ ਏਜ ਗਰੁੱਪ ਹੈ ਉਹ ਜਦੋਂ ਆਪਣੀਆਂ ਜੜ੍ਹਾਂ ਲੱਭਦਾ ਹੈ ਆਪਣੀਆਂ ਰੂਟਸ ਲੱਭਦਾ ਤਾਂ ਹਿਸਟਰੀ ਜਾਂ ਮਾਡਰਨ ਡੇ ਐਗਜ਼ਾਮਪਲ ਦੇ ਵਿੱਚ ਇੱਕ ਸਿਰਫ ਮਿਸਪਲੇਸਡ ਜਿਗਜ਼ੋ ਪਜ਼ਲ ਦਾ ਪੀਸ ਹੈ ਜਿਹੜਾ ਅੱਜ ਦੇ ਵਰਲਡ ਦੇ ਵਿੱਚ ਰੈਲੇਵੈਂਟ ਹੈ ਇਨ ਮਾਡਰਨ ਮਿਲੀਟਰੀ ਵਰਲਡ ਇਨ ਇੰਡਸਟਰੀਅਲ ਵਰਲਡ ਜਿਹੜਾ ਉਹ ਦੱਸਦਾ ਕਿ ਜਿਹੜੇ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਦਸਮ ਪਾਤਸ਼ਾਹ ਸੰਤ ਸਿਪਾਹੀ ਦਾ ਚਲਾ ਕੇ ਗਈ ਸੀ ਉਹਦਾ ਸਭ ਤੋਂ ਜਿਉਂਦਾ ਜਾਗਦਾ ਐਗਜ਼ਾਮਪਲ ਅੱਜ ਦੀ ਦੁਨੀਆ ਦੇ ਵਿੱਚ ਮਾਡਰਨ ਵਰਲਡ 'ਚ ਸਾਰਾ ਗੜੀ ਇਹ ਇਕੱਲੀਆਂ ਲੈਜੈਂਡਸ ਮੈਥੋਲੋਜੀ ਜਾਂ ਇਤਿਹਾਸ ਦੀਆਂ ਗੱਲਾਂ ਨਹੀਂ ਰਹੇਗੀ ਆਪਣੇ ਸੱਭਿਆਚਾਰ ਦੀ ਗੱਲਾਂ ਉਹ ਜਦੋਂ ਸਾਰਾ ਗੜੀ ਵੱਲ ਦੇਖਦਾ ਹੈ ਉਹ ਦੇਖਦਾ ਹੈ ਕਿ ਅੱਜ ਵੀ ਇਹ ਚੀਜ਼ਾਂ ਮੌਜੂਦ ਨੇ ਪਰ ਕੇਸਰੀ ਮੂਵੀ ਦੇਖ ਕੇ ਮੇਰੇ ਵਰਗੇ ਕਈ ਵਾਰ ਨਿਕਲੇ ਉਹ ਕਹਿੰਦੇ ਸਾਰਾ ਗੜੀ ਦਾ ਪਤਾ ਕਰਨਾ ਹੈ ਕਈ ਕਹਿੰਦੇ ਯਾਰ ਅਸੀਂ ਵੀ ਖਾਲਸੇ ਪੰਥ 'ਚ ਆਉਣਾ ਅਸੀਂ ਵੀ ਆਹ ਜਜ਼ਬਾ ਲਾਉਣਾ ਕਿੱਧਰ ਜਾਈਏ ਕਿਹਦੇ ਵੱਲ ਝਾਕਦੇ ਸਰਕਾਰ ਡਿਫਰੈਂਟ ਰਿਲੀਜੀਅਸ ਆਰਗਨਾਈਜੇਸ਼ਨਸ ਇਟ ਵਾਜ਼ ਸੱਚ ਸ਼ੇਮਫੁਲ ਫਾਰ ਅਸ ਕਿ ਬ੍ਰਿਟਿਸ਼ਰਸ ਨੇ ਆਪਣੇ ਸਿਲੇਬਸ ਦੇ ਵਿੱਚ ਪਲੱਸ ਟੂ ਕਮੈਮੋਰੇਟ ਦ ਮਾਰਟਿਰਸ ਦੇ ਹੈਵ ਡੈਜ਼ਿਗਨੇਟਿਡ ਡੇਜ਼ ਐਂਡ ਇਵੈਂਟਸ ਥਰੂ ਆਊਟ ਯੂਰਪ ਵੇਅਰ ਐਜ਼ ਆਪਾਂ ਇੰਨੇ ਪਿੱਛੇ ਰਹਿ ਗਏ ਹਾਂ ਕਿ ਆਪਾਂ ਉਹਨਾਂ ਦੀ ਯਾਦਗਾਰ ਵੀ ਬਣਾਉਣਾ ਭੁੱਲ ਗਏ ਅੱਜ ਇਹ ਫੰਕਸ਼ਨ ਉਹਦਾ ਇੱਕ ਨਤੀਜਾ ਹੈ